ਪਿੰਡ ਕਲਸੀਆਂ ਦੇ ਖੇਤਾਂ ਵਿੱਚੋਂ 3 ਕਿਲੋ 309 ਗ੍ਰਾਮ ਹੈਰੋਇਨ ਅਤੇ ਪਿੰਡ ਮਸਤਗੜ੍ਹ ਦੇ ਖੇਤਾਂ ਵਿੱਚੋਂ 2 ਕਿਲੋ 462 ਗ੍ਰਾਮ ਅਤੇ 4 ਜਿੰਦਾ ਕਾਰਤੂਸ ਬਰਾਮਦ। ਥਾਣਾ ਖਾਲੜਾ ਅਤੇ ਖੇਮਕਰਨ ਵਿਖੇ ਵੱਖ-ਵੱਖ ਮੁਕੱਦਮੇ ਕੀਤੇ ਦਰਜ। ਪੰਜਾਬ ਪੁਲਿਸ ਖਾਲੜਾ ਨੇ ਅੱਜ 3 ਕਿਲੋ 309 ਗ੍ਰਾਮ ਹੈਰੋਇਨ ਦੀ ਬਰਾਮਦਗੀ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ। ਪੰਜਾਬ ਪੁਲਿਸ ਅਤੇ BSF ਵੱਲੋਂ ਸਰਚ ਆਪਰੇਸ਼ਨ ਦੌਰਾਨ ਬਰਾਮਦ 71 ਬਟਾਲੀਅਨ BOP ਬਾਬਾ ਪੀਰ ਕਲਸੀਆਂ ਦੇ ਇਲਾਕੇ ਪਿੰਡ ਕਲਸੀਆਂ ਥਾਣਾ ਖਾਲੜਾ ਦੇ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟੀ ਗਈ ਸੀ ਇਹ ਖੇਪ, ਜਿਸ ਨੂੰ ਬਰਾਮਦ ਕਰਕੇ ਥਾਣਾ ਖਾਲੜਾ 'ਚੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਦੂਜੀ ਖਬਰ ਵਿੱਚ ਪਿੰਡ ਕਲਸ ਖੇਮਕਰਨ ਤੋਂ BSF ਦੇ ਪੁਲਿਸ ਨੂੰ ਤਰਨ ਤਾਰਨ ਦੀ ਸਰਹੱਦ 'ਤੇ ਹੈਰੋਇਨ ਅਤੇ 4 ਜਿੰਦਾ ਕਾਰਤੂਸ ਮਿਲੇ। DSP ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ BOP ਹਰਭਜਨ 101 ਬਟਾਲੀਅਨ ਖੇਮਕਰਨ ਵਿਖੇ ਡਰੋਨ ਦੀ ਆਵਾਜਾਈ ਸੰਬੰਧੀ BSF ਦੀ ਸੂਚਨਾ 'ਤੇ ਥਾਣਾ ਖੇਮਕਰਨ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਿਤੀ 25/10/23/11/12 ਏਅਰਕ੍ਰਾਫਟ ਐਕਟ 1934 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਅਤੇ BSF ਦੀ ਤਲਾਸ਼ੀ ਮੁਹਿੰਮ ਦੌਰਾਨ ਖੇਮਕਰਨ ਪੁਲਿਸ ਨੂੰ ਸੂਚਨਾ ਮਿਲੀ ਤਾਂ ਲਖਬੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕਲਸ ਦੇ ਖੇਤ ਸੜੀ ਹਾਲ 'ਚੋਂ ਹੈਰੋਇਨ ਨਾਲ ਭਰਿਆ ਇੱਕ ਪੈਕਟ ਬਰਾਮਦ ਹੋਇਆ, ਜਿਸ ਨੂੰ ਖੋਲ੍ਹਣ 'ਤੇ ਹੈਰੋਇਨ ਦਾ ਵਜ਼ਨ 2 ਕਿਲੋ 462 ਗ੍ਰਾਮ ਸੀ। ਨਾਲ ਹੀ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ, ਜਿਸ ਦੇ ਸੰਬੰਧ ਵਿੱਚ ਉਪਰੋਕਤ FIR ਵਿੱਚ 21 NDPC ਐਕਟ ਅਤੇ 25/54/69 ਆਰਮਜ ਐਕਟ ਤਹਿਤ ਸੋਧਾਂ ਕੀਤੀਆਂ ਗਈਆਂ ਹਨ। ਪੁਲਿਸ ਅਤੇ BSF ਨੂੰ ਡਰੋਨ ਸਰਚ ਦੌਰਾਨ ਲੱਭ ਰਹੀ ਹੈ। ਮਸਤਗੜ੍ਹ ਦੀ ਖਬਰ ਬਾਰੇ DSP ਪ੍ਰੀਤ ਇੰਦਰ ਸਿੰਘ ਦਾ ਕੀ ਹੈ ਕਹਿਣਾ, ਤੁਸੀਂ ਸੁਣੋ।